ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੈਸਮਿਨ ਨੂੰ ਪਾਰਟੀ ਦੇ ਵਿੱਚੋਂ ਲੈ ਕੇ ਜੈਸਮਿਨ ਲੈ ਕੇ ਆਈ ਆ ਰਿਟਰਨ ਗਿਫਟ ਹੀ। ਜੈਸਮਿਨ ਕਹੇ ਮੰਮਾ ਮੈਂ ਰਿਟਰਨ ਗਿਫਟ ਲੈ ਤੋਂ ਬਿਨਾਂ ਨਹੀਂ ਜਾਣਾ ਹੈਗਾ। ਚਲੋ ਜੀ, ਉਸ ਤੋਂ ਬਾਅਦ ਅਸੀਂ ਚੱਲ ਪਏ ਕੋਸਕੋ ਵੱਲ। ਇਹ ਕੈਨਬਰਾ ਦੇ ਵਿੱਚ ਬਹੁਤ ਵੱਡਾ ਸ਼ੋਪਿੰਗ ਸੈਂਟਰ ਬਣਿਆ ਹੋਇਆ ਮਜੂਰਾ ਪਾਰਕ, ਜਿੱਥੇ ਸਾਰੇ ਸਟੋਰ ਇੱਕੋ ਹੀ ਜਗ੍ਹਾ 'ਤੇ ਮਿਲ ਜਾਂਦੇ ਨੇਗੇ। ਇਸ ਤੋਂ ਬਾਅਦ ਅਸੀਂ ਗਏ ਕੋਸਕੋ। ਕੋਸਕੋ ਤੋਂ ਯਾਦ ਆਇਆ ਕੁਛ ਲੈਣਾ ਸੀਗਾ ਸਮਾਨ ਵਗੈਰਾ, ਸੋਚਿਆ ਜਦੋਂ ਹੁਣ ਆਏ ਹਾਂ ਲੈ ਚੱਲਦੇ ਹਾਂਗੇ। ਜੇ ਆਪਾਂ ਇੱਥੋਂ ਦੇ ਮੌਸਮ ਦੀ ਗੱਲ ਕਰਦੇ ਹਾਂ ਤਾਂ ਮੌਸਮ ਅੱਜ ਕੱਲ੍ਹ ਬੱਦਲ ਹੀ ਨਹੀਂ ਗੇ, ਸਰਦੀ ਦੇ ਦਿਨਾਂ ਹੋਣ ਕਰਕੇ ਜ਼ਿਆਦਾਤਰ ਬੱਦਲ, ਦੋ ਤਿੰਨ ਦਿਨਾਂ ਤੋਂ ਬੱਦਲ ਹੀ ਚੱਲ ਰਹੇ ਨੇਗੇ, ਧੁੱਪ ਰਖਾ ਰੱਬ ਦਿਖਾਈ ਦਿੰਦਾ ਹੀ ਨਹੀਂ ਧੁੱਪ। ਚਲੋ ਜੀ, ਉਸ ਤੋਂ ਬਾਅਦ ਆਪਾਂ ਪਹੁੰਚ ਗਏ ਕੋਸਕੋ। ਕੋਸਕੋ ਦੇ ਵਿੱਚ ਪਹੁੰਚ ਕੇ ਜੈਸਮਿਨ ਪਹੁੰਚ ਲਿਆ ਹੀ ਆਪਾਂ ਨੂੰ ਚਿਪਸ ਵਾਲੇ ਲਾਈਨ ਦੇ ਵਿੱਚ। ਇੱਥੇ ਜੈਸਮਿਨ ਹਮੇਸ਼ਾ ਇੱਥੇ ਆਉਂਦੀ ਹੈਗੀ, ਮੋਸਟਲੀ ਇਹ ਟਰੋਲੀ ਦੇ ਵਿੱਚ ਬਹਿ ਜਾਂਦੀ ਹੈ, ਪਰ ਇੱਥੇ ਆ ਕੇ ਉੱਤਰ ਜਾਂਦੀ ਹੈ ਜਦੋਂ ਇਹਨੂੰ ਚਿਪਸ ਵਾਲੀ ਦਿਸ ਜਾਂਦੀ ਹੈ ਸਾਹਮਣੇ ਸੈਕਸ਼ਨ। ਚਲੋ ਜੀ, ਉਸ ਤੋਂ ਬਾਅਦ ਹੁਣ ਸੰਧ ਸਾਹਿਬ ਵੀ ਸੋਚਣ ਲੱਗ ਗਏ ਕਿ ਉਹਨਾਂ ਨੂੰ ਅਜੇ ਸ਼ਾਮ ਵਾਸਤੇ ਕੀ ਲੈਣਾ ਚਾਹੀਦਾ। ਪਹਿਲਾਂ ਸੋਚਿਆ ਚਿਕਨ ਵਗੈਰਾ ਲੈ ਲੈਣਾ ਚਾਹੀਦਾ ਹੈਗਾ, ਫਿਰ ਸੋਚਿਆ ਬਟਰ ਚਿਕਨ, ਮੈਂ ਸੋਚਿਆ ਪੈਕਿੰਗ ਕੀ ਕਰਨੀ ਹੈ, ਮੈਂ ਤੈਨੂੰ ਘਰ ਜਾ ਕੇ ਬਣਾ ਦੂੰਗੀ। ਚਲੋ ਜੀ, ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਚਿਕਨ ਵਾਲਾ ਆਈਡੀਆ ਛੱਡ ਦਿੱਤਾ ਅਤੇ ਅਸੀਂ ਸਾਨੂੰ ਲੱਗ ਗਈ ਭੁੱਖ। ਫਿਰ ਅਸੀਂ ਕੀਤਾ ਔਡਰ ਪੀਜ਼ਾ, ਆਪਾਂ ਕਰ ਰਹੇ ਸੀ ਵੇਟ ਅਤੇ ਸੰਧੂ ਸਾਹਿਬ ਨੂੰ ਲਾ ਦਿੱਤਾ ਸੀਗਾ ਲਾਈਨ ਦੇ ਵਿੱਚ ਪੀਜ਼ਾ ਫੜਨ ਵਾਸਤੇ। 5-10 ਮਿੰਟ ਵੇਟ ਕਰਨ ਤੋਂ ਬਾਅਦ ਫਾਈਨਲੀ ਪੀਜ਼ਾ ਲੈ ਕੇ ਸੰਧੂ ਸਾਹਿਬ ਹੋ ਗਏ ਸੀਗੇ ਹਾਜ਼ਰ। ਉਸ ਤੋਂ ਬਾਅਦ ਜੈਸਮਿਨ ਜਾਂਦੀ ਆ, ਜੈਸਮਿਨ ਕੋਲਡ ਡਰਿੰਕ ਪੀਂਦੀ ਆ, ਜੈਸਮਿਨ ਨੂੰ ਲੈ ਕੇ ਆਉਂਦੀ ਆ ਕੋਲਡ ਡਰਿੰਕ। ਕਹਿੰਦੇ ਮਮਾ, ਚਲੋ ਜੀ, ਜੈਸਮਿਨ ਨੇ ਵੀ ਆਪਣਾ ਗਲਾਸ ਲਿਆ ਅਤੇ ਚੱਲ ਗਈ ਕੋਲਡ ਡਰਿੰਕ ਲੈਣ। ਚਲੋ, ਆਪਾਂ ਇੱਥੇ ਆਪਣਾ ਕੰਮ ਫਿਨਿਸ਼ ਕਰਕੇ ਆਪਾਂ ਚੱਲ ਪਏ ਹੁਣ ਘਰ ਨੂੰ ਵਾਪਸ। ਅੱਜ ਆਪਾਂ ਇੱਥੇ ਸ਼ੋਪਿੰਗ ਸੈਂਟਰ 1:30 ਵਜੇ ਆਈ ਸੀਗੀ ਅਤੇ ਹੁਣ ਆਲਮੋਸਟ ਮੇ ਬੀ 5:30 ਵਜੇ ਵਾਲੇ ਹੋ ਚੁੱਕੇ ਨੇਗੇ। ਅੱਜ ਕੱਲ੍ਹ ਸਰਦੀ ਦੇ ਦਿਨ ਹੋਣ ਕਰਕੇ 6 ਵਜੇ ਨੂੰ ਹਨੇਰਾ ਹੋ ਜਾਂਦਾ ਹੈਗਾ, ਵੈਸੇ ਵੀ ਅੱਜ ਬੱਦਲਵਾਈ ਹੈਗੀ ਤਾਂ ਕਰਕੇ ਦਿਨ ਛੇਤੀ ਛਿਪ ਜਾਂਦੇ ਨੇਗੇ। ਇੱਧਰਲੀ ਸਾਈਡ ਆਪਾਂ ਦੇਖ ਸਕਦੇ ਹਾਂ ਜਿੱਦਾਂ ਕਿ ਸਰਕਸ ਲੱਗੀ ਹੋਈ ਹੈ। ਮੈਂ ਸੋਚਿਆ ਸੀ ਪਹਿਲਾਂ ਸਰਕਸ ਵੱਲ ਦੇਖ ਕੇ ਆਈਏ, ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਹੁਣ ਕੁਛ ਵੀ ਨਹੀਂ ਹੈ। ਰਾਤ ਨੂੰ ਇਹ ਸ਼ੋਅ ਐਵਰੀਡੇ ਰਾਤ ਨੂੰ ਹੁੰਦੇ ਨੇਗੇ, ਸੋ ਸੋਚਿਆ ਅਤੇ ਨੈਕਸਟ ਟਾਈਮ ਮੇ ਬੀ ਨੈਕਸਟ ਵੀਕ ਹੀ ਆਵਾਂਗੇ ਇੱਥੇ ਸਰਕਸ ਦੇਖਣ ਵਾਸਤੇ, ਜੈਸਮਿਨ ਨੂੰ ਲੈ ਕੇ ਆਉਂਦੇ ਹਾਂ। ਇਸ ਤੋਂ ਬਾਅਦ ਆਪਾਂ ਬਹੁਤ ਜ਼ਿਆਦਾ ਚੱਲ ਪਏ ਘਰ ਨੂੰ ਵਾਪਸ। ਰਾਹ ਵਿੱਚ ਜਾਂਦੇ ਦੇਖਦੇ ਹਾਂ ਲੱਗਦਾ ਕਿ ਥੋੜ੍ਹਾ ਥੋੜ੍ਹਾ ਮੀਂਹ ਹਜੇ ਆਇਆ ਨਹੀਂ ਗਾ, ਪਰ ਆਉਣ ਦੇ ਚਾਂਸਸ ਹੈਗੇ ਨੇਗੇ। ਆਪਾਂ ਆ ਗਏ ਇੱਥੇ ਰਾਊਂਡ ਅਬਾਊਟ ਦੇ ਉੱਤੇ। ਚਲੋ ਜੀ, ਮਿਲੀ ਅੱਗੇ ਆਪਾਂ ਨੂੰ ਥਾਂ, ਆਪਾਂ ਰਾਊਂਡ ਅਬਾਊਟ ਕੀਤਾ ਕ੍ਰੋਸ ਜੀ। ਉਸ ਤੋਂ ਬਾਅਦ ਚੱਲ ਪਏ ਆਪਾਂ ਸ਼ੋਪਿੰਗ ਸੈਂਟਰ ਤੋਂ ਬਾਹਰ ਨੂੰ। ਸੰਧੂ ਸਾਹਿਬ ਪੁੱਛਦੇ ਸੀਗੇ ਕਿ ਹੁਣ ਇੱਥੇ ਹੀ ਖਤਮ ਕਰਨਾ ਅੱਜ ਜਾਂ ਹਜੇ ਕਿਤੇ ਹੋਰ ਵੀ ਜਾਣਾ ਗਾ, ਮੈਂ ਸੋਚਿਆ ਚਲੋ ਫਿਰ ਜਾ ਕੇ ਤੁਹਾਨੂੰ ਦੱਸਦੀ ਹਾਂ। ਚਲੋ ਜੀ, ਮੈਂ ਅੱਜ ਦਾ ਬਲੌਗ ਆ ਜਿਹੜਾ ਆਪਣਾ ਇੱਥੇ ਹੀ ਖਤਮ ਕਰਦੀ ਹਾਂ। ਦਿਓ ਸਾਨੂੰ ਇਜਾਜ਼ਤ।
ਤੇ ਫਿਰ ਮਿਲਾਂਗੇ ਅਸੀਂ ਅਗਲੇ ਬਲੌਗ ਦੇ ਵਿੱਚ। ਤਦ ਤੱਕ ਸਾਨੂੰ ਦਿਓ ਇਜਾਜ਼ਤ, ਤਦ ਤੱਕ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਲਦੇ ਹਾਂ ਅਗਲੇ ਬਲੌਗ।